ਹੋਇਆ ਕੀ ਹੈ ਤੈਨੂੰ? ਇਹ ਤਾਂ ਭਾਈ ਤੈਨੂੰ ਕੀ ਦੱਸਾਂ ਮੈਂ ਹਾਥੀ ਤੇ ਬੈਠਾ ਸੀ, ਹਾਥੀ ਤੋਂ ਡਿੱਗਿਆ। ਨਾ ਯਾਰ ਇਹ ਤਾਂ ਨਹੀਂ ਹੋ ਸਕਦਾ। ਓਹੋ ਸਮਾਰ ਕੇ ਕੁੱਟਿਆ ਹੋਇਆ ਲੱਗਦਾ ਕਿਸੇ ਨੇ। ਲੈ ਕੁੱਟਣ ਨੂੰ ਮੈਨੂੰ ਕਿਹਨੇ ਕੁੱਟਣੇ? ਕਮਾਲ ਹੋ ਰਹੀ ਹੈ, ਜਾਣ ਪਛਾਣ ਮੇਰੀ ਪਤਾ ਕਿੰਨੀ ਹੈ? ਹੁਣ ਤਾਂ ਥਾਣੇ ਨੂੰ ਚਕਾਉਣ ਦਾ ਮੈਂ ਕੁੱਟਿਆ ਨਾਲੇ ਹੋਰ ਦੁੱਖ ਦਾ ਕੰਮ ਕਰਨਾ ਹੀ ਕਰਨਾ। ਲੀਲ ਦਾ ਦੇਖ ਲੈ ਪਤੰਦਰਾ ਕਿੰਨੇ ਹੋਏ ਪਏ ਨੇ, ਐਂ ਲੱਗਦਾ ਕਿਵੇਂ ਥਾਪੀਆਂ ਕੋ ਨਾ ਕੁੱਟਿਆ ਹੋਇਆ ਹੁੰਦਾ। ਥਾਪੀਆਂ ਕਾਹਨੂੰ, ਉੱਥੇ ਤਾਂ ਮੈਂ ਦੁਕਾਨ ਤੀਗੀ ਆਪਣਾ ਤੇ ਬੈਟ ਬੱਲੇ ਜੇ ਵੇਚਦਾ ਸੀ ਕੋਈ, ਉੱਥੇ ਹਾਥੀ ਜਦੋਂ ਲਵੇ ਗਿਆ ਮੈਂ ਉੱਥੇ ਬੈਟ ਬੱਲੇ ਤੇ, ਉੱਥੇ ਬੈਟ ਜੀ ਤੇ ਡਿੱਗਿਆ ਉਹਦੇ ਨਿਸ਼ਾਨ ਹੋਣੇ। ਬਾਹਾਂ ਪਿੱਛੇ ਕੱਢ ਲੈ। ਮੈਂ ਮਿੱਤਰਾ ਪ੍ਰੇਜ ਰੱਖੀ ਹੁਣ, ਤੋਰਾ ਫੇਰਾ ਨਾ ਕਰੀ ਜਾ ਤੇ ਚੰਗਾ, ਨਾ ਕਿਤੇ ਜਾਣਾ ਹੈਗਾ। ਦੋ ਤਿੰਨ ਦਿਨ ਪਰਹੇਜ ਰੱਖਣਾ ਮੇਰਾ ਵੀਰ। ਓਏ ਰੱਬਾ, ਕੋਈ ਨਾ, ਕੁੱਟਿਆ ਤੀ ਨਾ ਮੈਨੂੰ, ਹੁਣ ਬਦਲਾ ਲੈ ਕੇ ਹਟੂ ਮੈਂ ਵੀ, ਦੇਖਦਾ ਜਾਈ ਤੂੰ ਬਣਦਾ ਕੀ ਹੈ। ਭੋਲੇ ਦੀ ਘਰਵਾਲੀ ਨੇ ਬਹੁਤ ਮਾੜੀ ਕਰੀ ਮੇਰੇ ਨਾਲ, ਇਹ ਭੋਲੇ ਦੀ ਘਰਵਾਲੀ ਦੇ ਹਿੱਕ ਤੇ ਦੀਵਾ ਨਾ ਬਾਲਿਆ ਨਾ, ਇਹ ਵੀ ਕਿ ਯਾਦ ਰੱਖੂਗੀ ਭਾਈ। ਬਦਲਾ ਤਾਂ ਪੰਮੀ ਦਾ ਵਿਆਹ ਕਰਾ ਕੇ ਲੈਣਾ ਪਊ। ਕੀ ਹਾਲ ਨੇ ਬਚੋਲਿਆ, ਕਿੱਧਰ ਫਿਰਦਾ ਹੈ? ਵਧੀਆ ਪੰਮੀ, ਤੂੰ ਦੱਸ ਕਿਵੇਂ ਹੈ? ਇੱਧਰੋਂ ਕਿੱਧਰੋਂ ਆਇਆ? ਇੱਧਰੋਂ ਤਾਂ ਮੈਂ ਹੱਡੀ ਵਾਲੀ ਦੁਕਾਨ ਤੇ ਜਾ ਕੇ ਆਇਆ ਸੀ। ਕਿਆ ਕੁੱਟਿਆ ਕਿਸੇ ਨੇ? ਲੈ ਕੁੱਟਿਆ, ਕਮਾਲ ਹੋ ਰਹੀ ਹੈ ਪੰਮੀ, ਪਹਿਲਾਂ ਨਹੀਂ ਮੈਨੂੰ ਕੌਣ ਕੁੱਟੂ ਭਾਈ? ਉਹ ਤਾਂ ਮੈਂ ਉਹ ਤੀ ਡਾਕਟਰ ਦਾ ਰਿਸ਼ਤਾ ਜਿਹਾ ਕਰਾਉਂਦਾ ਫਿਰਦਾ ਸੀ। ਅੱਛਾ ਅੱਛਾ, ਕਰਾਤਾ ਫਿਰ ਰਿਸ਼ਤਾ? ਹਾਂ ਬਸ ਕਰਾਤਾ। ਮੇਰਾ ਕਦੋਂ ਕਰਾਏਗਾ? ਮੈਂ ਤੇਰੇ ਨਾਲ ਉਹੀ ਗੱਲ ਕਰਨ ਆਉਂਦਾ ਸੀ ਪੰਮੀ, ਤੇ ਗੱਲ ਪਤਾ ਕੀ ਹੈ, ਮੇਰੀ ਨਿਗਾਹ 'ਚ ਇੱਕ ਕੁੜੀ ਹੈਗੀ ਹੈ। ਅੱਛਾ, ਤੇ ਉਹ ਕੁੜੀ ਵਾਲੇ ਕਹਿੰਦੇ ਵੀ ਸਾਨੂੰ ਕੁਛ ਨਹੀਂ ਚਾਹੀਦਾ, ਬਸ ਮੁੰਡਾ ਸੋਹਣਾ ਸੁਨੱਖਾ ਹੋਵੇ। ਤੇ ਹੁਣ ਤੂੰ ਆਪ ਸਹਿਣਾ ਵੀ ਦੇਖਾ, ਪਿੰਡ 'ਚ ਕੋਈ ਤੇਰੇ ਜਿੰਨਾ ਸੋਹਣਾ ਸੁਨੱਖਾ ਹੈਨਾ, ਲੰਬਾ ਲੱਜਾ ਕੋਈ ਨਹੀਂ ਹੈਗਾ। ਤੂੰ ਮੰਨਦਾ ਫਿਰ? ਲੈ ਹੋਰ ਹੁਣ, ਤੇ ਹੁਣ ਆਪਾਂ ਤੇਰਾ ਰਿਸ਼ਤਾ ਕਰਾਵਾਂਗੇ। ਮੈਂ ਗਿਆ ਤੀਗਾ ਛੋਟੇ ਘਰੇ, ਮੈਂ ਗੱਲ ਤਾਂ ਮੈਂ ਤੇਰੇ ਰਿਸ਼ਤੇ ਦੀ ਕਰਨ ਗਿਆ ਤੀ, ਤੇ ਭੋਲਾ ਹੈ ਨਹੀਂ ਤੀ, ਤੇ ਭੋਲੇ ਦੇ ਘਰ ਵਾਲੀ ਤਾਂ ਮੈਨੂੰ ਸੂਈ ਕੁੱਤੀ ਜਾਂ ਪੈ ਗਈ, ਮੈਨੂੰ ਕਹਿੰਦੀ ਹਾਂ ਹਾਂ ਤੂੰ ਐਂ ਕਹਿਣਾ ਵੀ ਸਾਡੇ ਮੁੰਡੇ ਦਾ ਉੱਧਰ ਰਿਸ਼ਤਾ ਕਰਾਏਗਾ, ਤੂੰ ਐਂ ਕਰਾਏਗਾ। ਮੈਂ ਦੇਖ ਲੈ, ਉਹ ਤਾਂ ਭਾਲਦੇ ਨੀ ਹੈਗੇ ਵੀ ਤੇਰਾ ਚੰਗਾ ਹੋਵੇ। ਓਏ ਕਿੱਡੇ ਬੇਈਮਾਨ ਨੇ, ਓਏ ਭੋਲਾ ਕਿੰਨਾ ਬੇਈਮਾਨ ਹੈ, ਮੈਂ ਤਾਂ ਉਹਦਾ ਕਿੰਨਾ ਕਰਿਆ, ਉਹਦਾ ਵਿਆਹ 'ਚ ਕਿੰਨਾ ਸਾਥ ਦਿੱਤਾ ਹਨਾ, ਹੁਣ ਭਾਈ ਭਾਈ ਦੀ ਮਾੜੀ ਕਰਨ ਲੱਗ ਗਿਆ। ਦੇਖ ਲੈ ਭੋਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ। ਦੇਖ ਲੈ ਲੈ, ਜੇ ਸ਼ਰਮ ਆਉਂਦੀ ਹੁੰਦੀ ਫਿਰ ਹੁਣ ਨੂੰ ਤੇਰਾ ਰਿਸ਼ਤਾ ਕਰਵਾ ਨਾ ਦਿੰਦੇ। ਹੈ ਮੈਂ ਤਾਂ ਬਹੁਤ ਵਾਰੀ ਭੋਲੇ ਲਵੇ ਵੀ ਗੱਲ ਕਰੀ ਹੈ, ਭੋਲਾ ਤਾਂ ਕਹਿੰਦਾ ਰਹਿਣ ਦੇ, ਹਲੇ ਕੀ ਹੋਇਆ ਹਲੇ ਕੀ ਹੋਇਆ ਹੈ। ਦੇਖ ਲੈ ਤੂੰ ਤਾਂ ਫੇਰ ਵੀ ਕਿੰਨੀ ਚੰਗੀ ਸੋਚੀ ਵੀ ਪਹਿਲਾਂ ਮੇਰੇ ਭਾਈ ਦਾ ਹੋ ਜਾਣਦੇ, ਮੈਂ ਤਾਂ ਫੇਰ ਕਰਾ ਦੂੰ। ਹੈ ਤੂੰ ਗੋਹਾ ਕੂੜਾ ਕਰਦਾ ਹੈ, ਆਪਣਾ ਭਾਂਡੇ ਮਾਂਜਦਾ, ਰੋਟੀਆਂ ਪਕਾਉਂਦਾ, ਆਪ ਚੱਕ ਕੇ ਖਾਂਦਾ, ਸੋਹਣਾ ਲੱਗਦਾ ਹੈ। ਉਹੀ ਤਾਂ ਗੱਲ ਹੈਗੀ, ਵਧੀਆ ਰਹੇਗਾ ਜੇ ਆਪਦਾ ਰਿਸ਼ਤਾ ਕਰਵਾ ਲੇਗਾ। ਹੋਰ ਬਚੋਲਿਆ, ਮੈਂ ਕੀ ਭਾਲਦਾ ਵੀ ਮੇਰਾ ਵਿਆਹ ਹੋ ਜੇ, ਮੇਰਾ ਘਰ ਬਸ ਜੇ, ਨਾਲੇ ਮੈਨੂੰ ਐਂ ਦੱਸ ਰਿਸ਼ਤਾ ਦੇਖਣ ਕਦੋਂ ਆਣਗੇ? ਓ ਹੋ ਪੰਮੀ, ਤੂੰ ਕੀ ਭਾਲਦਾ ਰਿਸ਼ਤਾ ਦੇਖਣ ਤੋਂ? ਹੈ ਆਪਾਂ ਘਰੇ ਨਹੀਂ ਕਰਦੇ ਤੇਰਾ ਇਹ ਸਿਸਟਮ, ਪਤਾ ਕੀ ਹੋਊਗਾ? ਯਾਰ ਕਮਾਲ ਦੀ ਗੱਲ ਕਰਦਾ, ਕਹਿੰਦਾ ਘਰੇ ਨਹੀਂ ਕਰਦੇ, ਮੇਰਾ ਘਰ ਨਹੀਂ ਹੈਗਾ ਯਾਰ, ਮੇਰਾ ਸੀਰ ਨਹੀਂ ਹੈਗਾ ਉਹ 'ਚ ਯਾਰ। ਓਹੋ ਪੰਮੀ, ਤੂੰ ਬੋਚ ਬਚਾ ਕੇ ਇੱਕ ਵਾਰੀ ਆਪਦਾ ਵਿਆਹ ਕਰਵਾ ਲੈ। ਹੈ ਉਹ ਭੋਲੇ ਹੋਰੀ ਕਦੋਂ ਤੇਰੀ ਸੁੱਖ ਭਾਲਦੇ ਨੇ? ਉਹ ਤਾਂ ਨੰਨਾ ਮਾਰ ਦੇਣਗੇ। ਹੈ ਕੀ ਮੰਗਦਾ ਤੂੰ? ਆਪਾਂ ਤੇਰਾ ਕੰਮ ਸਾਰਾ ਆਨਲਾਈਨ ਕਰਵਾ ਦਾਂਗੇ ਬਾਏ ਹੈਂਡ, ਜਮੀ ਨਾ ਤੂੰ ਸੋਚ ਮੰਨ। ਹੈ ਤੂੰ ਵਧੀਆ, ਤੂੰ ਟੀਚਰ ਫੀਚਰ ਹੋ ਜਾ, ਮੈਂ ਤੈਨੂੰ ਦੱਸ ਦੂੰਗਾ, ਆਪਾਂ ਘਰੇ ਤਾਂ ਸਰਪ੍ਰਾਈਜ਼ ਹੀ ਦੇਵਾਂਗੇ ਸਿੱਧਾ। ਉਹ ਤਾਂ ਗੱਲ ਠੀਕ ਹੈ ਜੀ, ਟੀਚਰ ਵਿੱਚ ਤਾਂ ਬਣ ਕੇ ਰਹਿਣਾ, ਦੇਖ ਲੈ ਸ਼ੁਰੂ ਤੋਂ ਹੀ ਤਾਂ ਹੀ ਤਾਂ ਕਿੰਨਾ ਸੋਹਣਾ, ਦੇਖ ਮੈਂ ਅੱਜ ਦਾੜੀ ਵੀ ਕਰਾਇਆ, ਦੇਖ ਹੈ ਚਮਕਦਾ ਨਾ ਪੂਰਾ, ਮਾਰਦੇ ਨਾ ਲਸ਼ਕੋਰਾ। ਲੈ ਤਾਂ ਹੀ ਤਾਂ ਕਿਹਾ ਤੀਗਾ ਵੀ ਤੂੰ ਹੀ ਆ ਸਾਰੇ ਪਿੰਡ 'ਚ ਮੁੰਡਾ ਸੋਹਣਾ। ਤੇ ਚੱਲ ਫਿਰ ਤੂੰ ਕਰ ਤਿਆਰੀ ਹੈ, ਮਿਲਦੇ ਆਪਾਂ। ਮੈਂ ਕਰਦਾ ਹਾਂ, ਆਪਾਂ ਸਿੱਧੀ ਘਰੇ ਲਿਆਵਾਂਗੇ ਬਹੂ, ਸਿੱਧੀ ਉਹਨਾਂ ਦੇ ਇੱਕ ਤੇ ਦੀਵਾ ਬਾਲ ਦਾਂਗੇ ਯਾਰ ਆਪਾਂ। ਕਮਾਲ ਹੈ, ਮੈਂ ਇੰਨਾ ਸਾਥ ਦਿੱਤਾ ਭੋਲੇ ਦਾ, ਉਹ ਮੇਰੇ ਨਾਲ ਐਂ ਕਰਦਾ ਹੈਗਾ। ਮੈਂ ਦੇਖਦਾ ਝੱਟ ਜਾ ਕੇ ਭੋਲੇ ਤੇ ਨਾਲੇ ਭਰਜਾਈ ਦੀ। ਮੈਂ ਕਿਹਾ ਜਿੱਦਣ ਮੂੰਹ ਕਰਿਆ ਮਾੜਾ ਜਿਹਾ, ਇਹ ਜਾਣਦੇ ਜਾਣਦੇ ਹੁਣ ਇਹ ਕਸ ਰਹਿ ਗਈ ਤੀ ਮੈਨੂੰ ਇੰਟਰਨੈਸ਼ਨਲ ਬਣਾ ਦੇ ਕੱਪੜੇ ਧੋਣਾ। ਹਾਏ ਦੇਖੋ ਸੀ ਫੋਟੋ ਕਿੰਨੀ ਸੋਹਣੀ ਆ ਰਹੀ। ਬਸ ਰਹਿਣ ਦੇ ਜਾਣਦੇ, ਕਿਉਂ ਮੇਰੀ ਮਿੱਟੀ ਫੜਦੀ ਆ ਤੂੰ ਜਾਣਦੇ। ਚੱਜ ਨਾਲ ਧੋਇਓ ਚੰਗਾ ਕੱਪੜੇ, ਪਰਸੋਂ ਕਾਲਖ ਸਾਰੀ ਚੁੰਨੀ ਨੂੰ ਲੱਗੀ ਰਹਿ ਗਈ ਸੀ। ਤੂੰ ਕਾਲਖ ਲੱਗ ਰਹੀ ਸੀ ਕਿ ਤੂੰ ਮੈਂ ਸਾਨੂੰ ਕੱਖ ਪਾਣੀ ਹੈ, ਬਿਜਲੀ ਮੱਜੇ ਤੇ ਰਹਿੰਦੀ ਹੈ ਬੈਠੀ, ਹਲੇ ਵੀ ਨਗੋਚਾਂ ਕੱਢਦੀ ਹੈ।
ਚੱਜ ਨਾਲ ਧੋ ਲਓ, ਚੱਜ ਨਾਲ ਕੱਪੜੇ ਵੀ ਧੋਣੇ ਆਉਂਦੇ ਹੈਗੇ ਆ। ਦੇਖ ਲਾ ਓਏ ਬੇਈਮਾਨ, ਤੀਵੀ ਦਾ ਗੁਲਾਮ ਕੱਪੜੇ ਧੋਣ ਲੱਗ ਰਿਹਾ ਓਏ, ਜਿੱਦੇ ਮੈਂ ਕਹਿਦਾ ਉਦੇ ਤੇ ਇਹਦੇ ਪਿੱਛੂ ਪੈ ਜਾਂਦੇ ਨੇ ਮੇਰੇ ਸਾਲੇ ਦੇ। ਹੁਣ ਦੇਖ ਲੈ ਕਿਵੇਂ ਥੱਲੇ ਲਾ ਕੇ ਕੰਮ ਕਰਨ ਲੱਗ ਰਿਹਾ ਹੈਗਾ। ਨਾ ਤੂੰ ਕੌਣ ਹੁੰਦਾ ਵੇ ਬੋਲਣ ਵਾਲਾ ਹੈ ਕਿ ਮੇਰੇ ਘਰ ਵਾਲੇ ਨੂੰ? ਤੇਰਾ ਤਾਂ ਘਰ ਵਾਲਾ ਹੋਣਾ, ਮੇਰਾ ਤਾਂ ਭਾਈ ਹੈ, ਕਹੂੰ ਆ ਮੈਂ ਤਾਂ ਸਾਰਾ ਕੁਝ ਕਹੂੰ ਇਹਨੂੰ। ਤੜਕੇ ਹੀ ਨਿਕਲ ਜਾਂਦਾ ਬਾਣਾ ਪਾ ਕੇ ਮਹਾਰਾਜਾ ਪਟਿਆਲਾ ਬਣ ਕੇ, ਅਖੇ ਚੌਧਰਾਂ ਤੇ ਮਹਾਰਾਜ ਕਦੇ ਉਧਰ ਨੂੰ ਕਦੇ ਉਧਰ ਨੂੰ। ਮੈਨੂੰ ਤੂੰ ਤਾਂ ਦੱਸ ਦੇ ਤੂੰ ਕੀ ਕੰਮ ਕਰਦੀ ਹੈ? ਗੋਹਾ ਵਿਚਾਰਾ ਇਹ ਟੇਕਦਾ ਹੈ, ਮੈਂ ਟੇਕਦਾ ਸਾਰਾ ਝਾੜੂ ਪੋਚਾ ਕਰਦਾ, ਤੂੰ ਤਾਂ ਪਹਿਲੀ ਬੈਠੇ ਰਹਿਣੀ ਆ ਉਰੇ। ਹਾਏ ਮੈਂ ਮਰ ਜਾਵਾਂ, ਨਹੀਂ ਕਿਵੇਂ ਝੂਠ ਬੋਲਦੇ ਹੋ, ਤੁਹਾਡਾ ਲੰਗਰ ਕੌਣ ਪਕਾਉਂਦਾ? ਮੈਂ ਪਕਾਉਣਾ, ਹੋਰ ਕੌਣ ਪਕਾਉਂਦਾ ਹੈ? ਕਮਾਲ ਦੀਆਂ ਗੱਲਾਂ ਨੇ ਯਾਰ ਭੁੱਲੇ। ਹਣੀ ਕਿਹੜੇ ਮਾੜੇ ਟਾਈਮ ਨੂੰ ਆ ਗਈ ਮੈਂ ਇਹਨਾਂ ਦੇ ਘਰੇ, ਕੋਈ ਮਰੀ ਜੂ ਨਹੀਂ ਸੀ ਦਿੰਦਾ ਤੁਹਾਨੂੰ, ਤੁਹਾਨੂੰ ਮਕਲਾਵੇ, ਤੁਹਾਨੂੰ ਸੱਜਦੇ ਨੇ। ਤੈਨੂੰ ਬੁਲਾਇਆ ਕਿਹਨੇ ਸੀ? ਤੇਰਾ ਬਾਪ ਆਇਆ ਸੀ ਉਰੇ, ਕਹਿੰਦੇ ਮੇਰੇ ਸੈਲਰ ਨੇ ਵੱਡੇ ਵੱਡੇ ਫਰਾਂ ਨੇ ਤੇ ਕੱਢਨੇ, ਸੁਣਦਾ ਮੰਗ ਵੀ ਕੋਈ ਕੌਲੀ ਨਹੀਂ ਦਿੰਦਾ। ਬੇ ਤੇਰੇ ਪੈ ਜਾਣ ਕੀੜੇ, ਤੇਰੇ ਚੱਲ ਜਾਣ ਸੁੰਡ, ਕਿੰਨੇ ਝੂਠ ਬੋਲਦਾ। ਇਹ ਕਹਿੰਦਾ ਤਾਂ ਤੁਸੀਂ ਸੀਗੇ ਵੀ ਸਾਡੇ ਸੈਲਰ ਚੱਲਦੇ ਨੇ, ਅਗੇ ਸਾਡੇ ਸਰਾਣੇ ਚ ਵੀ ਪੈਸੇ ਨੇ। ਮੈਂ ਦੱਸਾਂ ਵਿਚੋਲੇ ਨੂੰ ਕੀ ਕਹਿੰਦੀ, ਮੇਰਾ ਰਿਸ਼ਤਾ ਨਹੀਂ ਹੋਣ ਦਿੰਦੀ, ਮੇਰਾ ਘਰ ਤੇ ਸੀਰ ਨਹੀਂ ਹੈਗਾ। ਬੇ ਮੈਂ ਕਦੋਂ ਕਿਹਾ ਵਿਚੋਲੇ ਨੂੰ, ਬੇ ਨਾਲੇ ਵਿਚੋਲਾ ਕਦੋਂ ਇੱਥੇ ਮਰਿਆ ਆ? ਮੈਨੂੰ ਮਿਲੇ ਅੱਜ, ਕਹਿੰਦਾ ਤੇਰੀ ਭਰਜਾਈ ਨੇ ਮੈਨੂੰ ਕੁੱਟਿਆ ਨਾਲੇ। ਨਾ ਤੈਨੂੰ ਮਲੰਗ ਨੂੰ ਕਿਹਨੇ ਕੁੜੀ ਦੇਣੀ ਆ? ਲੱਗਿਆ ਕਿ ਮੈਂ ਵਿਆਹ ਕਰਾਉਣਾ ਜੀ, ਇਹ ਮੈਂ ਹੀ ਜਿਹੜੀ ਮਾੜੇ ਕਰਮਾਂ ਤੁਹਾਡੇ ਆ ਗਈ। ਇਹ ਭਰਜਾਈ ਤੂੰ ਕੁੜੀ ਦੀ ਕੀ ਗੱਲ ਕਰਦੀ ਹੈ, ਰਿਸ਼ਤੇ ਤੇ ਮੇਰੇ ਪਿੱਛੇ ਲੈਣਾ ਲੱਗ ਰਹੇ ਨੇ। ਮੈਂ ਤਾਂ ਕਿ ਮੇਰੇ ਭੋਲੇ ਭਾਈ ਕਰਕੇ ਚੁੱਪਾਂ, ਪਰ ਮੈਂ ਹੁਣ ਵਿਆਹ ਕਰਾ ਕੇ ਹਟੂਆਂ, ਇੱਕ ਤੇ ਦੀਵਾ ਬਾਲ ਕੇ ਹਟੂਆਂ। ਉਹ ਭੋਲੇ ਤੇਰੇ ਸਾਹਮਣੇ ਮੈਨੂੰ ਮਲੰਗ ਕਹਿੰਦੀ ਹੈ, ਕਿਵੇਂ ਚਬਰ ਚਬਰ ਬੋਲਣ ਲੱਗ ਰਹੀ ਹੈ, ਕੁਛ ਕਹਿ ਦੇ ਇਹਨੂੰ। ਉਹ ਯਾਰ ਮੈਨੂੰ ਕੀ ਕਹਾਂ, ਹੋਰ ਕੀ ਮਲੰਗਾਂ ਦੇ ਸਿੰਘ ਹੁੰਦੇ ਨੇ। ਕਮਾਲ ਉਹੀ ਗੱਲਾਂ ਕਰਨ ਲੱਗ ਰਹੇ ਯਾਰ ਭੋਲੇ, ਮੇਰਾ ਰਿਸ਼ਤਾ ਹੋਣ ਲੱਗ ਰਿਹਾ, ਤੁਸੀਂ ਐਂ ਢੰਗ ਅੜਾਓਗੇ ਯਾਰ? ਮੈਂ ਜਦੋਂ ਤੇਰਾ ਵਿਆਹ ਹੋਇਆ ਸੀ ਮੈਂ ਸਾਰਾ ਸਾਥ ਦਿੱਤਾ ਸੀ ਤੇਰਾ, ਤੂੰ ਮੇਰਾ ਜਮੀ ਨਹੀਂ ਸਾਥ ਦੇ ਰਿਹਾ ਯਾਰ, ਬੇਈਮਾਨ ਬੰਦਾ ਹੈ ਤੂੰ ਯਾਰ। ਹੁਣ ਉਹ ਉਦੋਂ ਤਾਂ ਕਹਿੰਦਾ ਵੀ ਤੂੰ ਕਰਾ ਲੈ ਰਿਸ਼ਤਾ, ਮੈਂ ਤਾਂ ਕਰਾਉਂਦਾ ਨਹੀਂ ਹੈਗਾ। ਪਰ ਹੁਣ ਮੈਨੂੰ, ਮੈਂ ਵੀ ਤਾਂ ਕਰਾਉਂਗਾ, ਮੈਨੂੰ ਰੋਟੀ ਤਾਂ ਮਿਲਦੀ ਨਹੀਂ ਮੇਰੇ ਯਾਰ ਯਾਰ। ਰੋਟੀ ਕਿਉਂ ਨਹੀਂ ਮਿਲਦੀ ਮੇਰੇ, ਰੋਟੀ ਦਾ ਪਕਾਉਂਦੀ ਆ ਇਹ, ਤੈਨੂੰ ਥਾਲ 'ਚ ਫੜਾਉਂਦੀ ਆ। ਮੇਰੀ ਕੋਈ ਇੱਜ਼ਤ ਨਹੀਂ ਹੈਗੀ ਘਰ 'ਚ, ਨਹੀਂ ਇੱਜ਼ਤ ਨਹੀਂ ਹੋਣਾ, ਮੈਂ ਤੈਨੂੰ ਜੀ ਜੀ ਕਰਦੀ ਫਿਰਾਵੇ ਨਾ, ਮੈਨੂੰ ਕੋਈ ਕੰਮ ਨੂੰ ਕਹੇ ਤੇ ਕੰਮ ਨੂੰ ਤੈਨੂੰ ਕਹਿੰਦੇ, ਤੂੰ ਕਰਦਾ ਤਾਂ ਹੈ ਨਹੀਂ ਕੰਮ ਮੇਰੇ ਯਾਰ। ਹੋ ਕੀ ਗਿਆ ਤੈਨੂੰ, ਕਿਤੇ ਉਈ ਤਾਂ ਨਹੀਂ ਦਿਮਾਗ 'ਚ ਫਰਕ ਪੈ ਰਿਹਾ ਤੇਰੇ? ਅੱਛਾ ਹੁਣ ਤਾਂ ਮੇਰੇ ਦਿਮਾਗ 'ਚ ਫਰਕ ਹੀ ਲੱਗੂਆ। ਮੈਂ ਕਿਹਾ ਜੀ ਇਹਨੂੰ ਤਾਂ ਕਿਸੇ ਡਾਕਟਰ ਡਾਕਟਰ ਨੂੰ ਦਿਖਾਓ ਤੁਸੀਂ ਲਿਆ ਕੇ। ਉਹੀ ਗੱਲ ਹੋ ਰਹੀ ਹੈ, ਉਹੀ ਗੱਲ ਹੋ ਰਹੀ ਹੈ ਮੇਰੇ ਯਾਰ। ਤੂੰ ਉਦੋਂ ਕੀ ਕਹਿੰਦਾ ਸੀ ਜਦੋਂ ਮੇਰਾ ਵਿਆਹ ਹੋਇਆ? ਕਹਿੰਦਾ ਮੈਂ ਕੋਈ ਵਿਆਹ ਨਹੀਂ ਕਰਾਉਂਦਾ ਹੈਗਾ, ਕਹਿੰਦਾ ਤੂੰ ਕਰਾ ਲੈ, ਹੁਣ ਕਹਿੰਦਾ ਮੈਂ ਮਕਲਾਵਾ ਕਰਾਉਣਾ ਚੇਤੀ। ਉਹ ਫਿਰ ਮੇਰੀ ਇੱਜ਼ਤ ਦਾ ਕਰ ਲਓ, ਮਾੜੀ ਮੋਟੀ ਦਾ ਕਰ ਲਓ ਇੱਜ਼ਤ ਕਿਤੇ। ਕਦੇ ਪੁੱਛਿਆ ਭਰਜਾਈ ਨੇ? ਪੁੱਛ ਲੈ, ਤੂੰ ਹੀ ਪੁੱਛ ਲੈ ਵੀ ਤੈਨੂੰ ਭੁੱਖ ਲੱਗ ਰਹੀ ਹੈ, ਰੋਟੀ ਖਾਣੀ ਹੈ, ਚਾਹ ਪੀਣੀ ਹੈ, ਦੁੱਧ ਪੀਣਾ ਹੈ, ਦਿਹਾੜੀ ਤੇ ਮੈਂ ਜਾਣਾ, ਕਦੇ ਇਹਨੇ ਕਿਹਾ? ਤੂੰ ਗਾਂ ਭੋਰਾ ਪਰ ਜਵਾਕ ਆ, ਮੈਂ ਤੈਨੂੰ ਆਏ ਨੂੰ ਪੁੱਛਾਂ ਤੈਨੂੰ ਭੁੱਖ ਲੱਗੀ ਹੈ ਜੀ, ਤੈਨੂੰ ਆਖੇ ਚਾਹ ਪੀਣੀ ਹੈ ਕਿ ਰੋਟੀ ਖਾਣੀ ਹੈ? ਮੇਰੇ ਸਾਲਿਆ ਮਕਲਾਵਾ ਤਾਂ ਮੇਰਾ ਮਸਾ ਹੋਇਆ ਸੀ, ਹੱਥ ਬੰਨ ਬੰਨ ਕੇ, ਤੈਨੂੰ ਕੌਣ ਕਰੂਗਾ ਮਕਲਾਵਾ, ਐਂ ਤਾਂ ਦੱਸ ਦੇ। ਕਰੂਗਾ ਨਹੀਂ, ਕਰਾ ਕੇ ਹਟੂਆ ਮੈਂ, ਕਰੂਗਾ ਇਹ ਕਰਨ ਦਾ ਕੀ ਮਤਲਬ? ਇਹ ਤਾਂ ਕਲੇਸ਼ ਪਾਉਂਦਾ, ਮੈਂ ਹੀ ਨਹੀਂ ਰਹਿੰਦੀ ਹੁਣ ਇੱਥੇ, ਮੈਂ ਤਾਂ ਪੇਕੇ ਜਾ ਕੇ ਰਹੂੰ। ਫਿਰ ਵਗ ਜਾ, ਵਗ ਜਾ ਹੁਣੇ, ਭੱਜ ਜਾ। ਯਾਰ ਜਾਣ ਦੇ ਲੈ, ਇਹਨੂੰ ਕਹਿੰਦਾ ਵਗ ਜਾ, ਮੈਂ ਲਿਆਉਂਗਾ। ਕਮਾਲ ਹੋ ਰਹੀ ਹੈ ਤੇਰੇ ਭਾਦੀਆਂ, ਟੋਣ ਵਾਲੀਆਂ ਗੱਲਾਂ ਤਾਂ ਤੂੰ ਕਰਦਾ। ਤੁਸੀਂ ਕਰ ਰਹੇ ਯਾਰ, ਮੈਂ ਤਾਂ ਮੇਰੀ ਗੱਲਾਂ ਮੇਰੇ ਯਾਰ, ਮੈਂ ਤਾਂ ਕਿੰਨਾ ਸਾਥ ਦਿੱਤਾ ਯਾਰ ਤੁਹਾਡਾ, ਸਾਥ ਦਿੱਤਾ। ਇਹਨੂੰ ਕਹਿੰਦਾ ਵਗ ਜਾ ਦੇ, ਇਹ ਤਾਂ ਮੈਂ ਹੀ ਦਰਵੇਸ਼ੀ ਹੈ ਜਿਹੜੀ ਕੁਝ ਬੋਲਦੀ ਨਹੀਂ, ਇਹੀ ਬੁਰੀ ਲੱਗਦੀ ਹੈ ਤੇਰੇ। ਫਰਾਂ ਕਰੋ ਵੀ ਕੰਧ ਘੱਟ ਦੋ, ਕਰਚ ਆ ਤੁਸੀਂ ਅਡਰੋ ਮੈਟਰ ਰਹਿ ਜੂਗਾ, ਕਰ ਦੋ ਫਿਰ। ਮੇਰੇ ਸਾਲਿਆ ਸਿਲੰਡਰ ਤਾਂ ਇੱਕੇ ਨਹੀਂ ਭਰਾਇਆ ਜਾਂਦਾ, ਦੋ ਕਿੱਥੋਂ ਭਰਾ ਲੈਣਾ? ਮੈਂ ਤਾਂ ਭਰਾ ਲੂੰ ਆ, ਤੁਸੀਂ ਦੇਖੋ ਆਪਦਾ ਆਪਦੀ ਸੋਚ ਕਰੋ। ਆਪ ਦੇਖੋ ਮੇਰੇ ਸਾਲਿਆ, ਉਹਦੇ ਨਾਲ ਤਾਂ ਠੀਕ ਆ, ਪਹਿਲਾਂ ਆਪ ਫੁੱਕਾ ਮਾਰਦਾ ਦੀ ਚੁੱਲ੍ਹੇ 'ਚ, ਆਪ ਕੱਪੜੇ ਧੋਂਦਾ ਸੀ, ਹੁਣ ਤਾਂ ਨਜ਼ਾਰੇ ਲੈਣਾ। ਉਹ ਕੀ ਨਜ਼ਾਰੇ ਲੈਣਾ ਯਾਰ, ਬਈ ਸਾਰਾ ਕੰਮ ਤਾਂ ਮੈਂ ਕਰਦਾ, ਹਲੇ ਵੀ ਨਜ਼ਾਰੇ ਲੈਣਾ ਯਾਰ ਮੈਂ। ਇਹ ਤਾਂ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਇਹ ਦਾਰੂ ਵੀ ਪੀਂਦੇ ਆ, ਅੱਗੇ ਭੁੱਕੀ ਵੀ ਖਾਂਦੇ ਆ। ਬਈ ਤੁਸੀਂ ਕੋਈ ਨਸ਼ਾ ਨਹੀਂ ਛੱਡਦੇ, ਖਨੀ ਮੈਂ ਕਿਹੜੇ ਮਾਲੇ ਭਾਗਾਂ ਨੂੰ ਆ ਗਈ ਤੁਹਾਡੇ? ਇਹ ਤਾਂ ਇਹੀ ਕਰਦਾ ਨਸ਼ੇ ਪੱਤੇ, ਮੈਂ ਤਾਂ ਨਹੀਂ ਕਰਦਾ, ਤੂੰ ਮੈਨੂੰ ਮੇਰਾ ਨੌਕਾ ਤੋਂ ਬਦਨਾਮ ਕਰਦਾ। ਓਏ ਬੇਈਮਾਨ, ਤੂੰ ਕਹਿ ਤਾਂ ਸਕਦਾ ਯਾਰ, ਆਪਾਂ ਕਿਤੋਂ ਮੰਗ ਕੇ ਖਾਣੇ ਆ, ਆਪਦੇ ਪੈਸੇ ਦਾ ਖਾਣੇ ਆ ਮੇਰੇ ਯਾਰ, ਕਮਾਲ ਦੀ ਗੱਲਾਂ। ਗੁਆਂਢਾਂ ਤੁਹਾਨੂੰ ਸਬਜ਼ੀ ਦੇ ਜਾਂਦੀਆਂ ਨੇ। ਲੈ ਮੇਰਾ ਸਾਲਾ, ਕੋਈ ਨਸ਼ੇ ਪੱਤੇ ਦੀ ਵਡਿਆਈ ਹੁੰਦੀ ਆ, ਕਹਿੰਦਾ ਲੈ ਤੂੰ ਕਹਿ ਤਾਂ। ਓ ਫਿਰ ਕਹਿ ਨਹੀਂ ਸਕਦਾ, ਆਪਾਂ ਕਿਤੋਂ ਮੰਗ ਕੇ ਤਾਂ ਨਹੀਂ ਖਾਂਦੇ ਯਾਰ। ਓ ਪੜੋਈਆ, ਤੂੰ ਟਾਈਮ ਪਾਸ ਕਰ ਲੈ, ਓਏ ਟਾਈਮ ਪਾਸ ਕਰ ਲੈ, ਕਿਉਂ ਤੂੰ ਤੜਕੀ ਤਾਂ ਪਿਆ ਬੈਠਾ? ਮੇਰੀ ਗੱਲ ਸੁਣ, ਲੈ ਕੱਪੜੇ ਸੁੱਕਣੇ ਪਾ ਕੇ ਆ। ਹਾਂ ਬੇਈਮਾਨ, ਹੁਣ ਕੱਪੜੇ ਮੈਂ ਸੁੱਕਣੇ ਪਾਉਂਗਾ, ਵਿਆਹ ਤੈਅ ਕਰਾ ਯਾਰ, ਮੈਂ ਨਹੀਂ ਕਰਾਇਆ ਹੈਗਾ। ਆ ਝੋਟੇ ਵਰਗੀ ਉਰੇ ਖਾ ਖਾ ਕੇ ਇਹਨੂੰ ਕਹਦੇ ਮਿੰਤਾ ਕਰ ਲੈ, ਹੁਣ ਪੈਰ ਫੜ ਲੈ। ਓ ਮੇਰੇ ਯਾਰ, ਤੂੰ ਪਾਇਆ ਫੇਰ ਕਿੱਡੀ ਗੱਲ, ਆਪਾਂ ਵੀ ਅੱਡ ਹੋਣ ਵਾਲੀਆਂ ਗੱਲਾਂ ਤਾਂ ਮੇਰੇ ਯਾਰ ਤੂੰ ਕਰਦਾ। ਫੇਰ ਲੱਗੂ ਆਖੇ, ਮੈਂ ਨਹੀਂ ਪਾ ਕਹਿੰਦਾ ਬਈ, ਜਿੰਨਾ ਮਰਜ਼ੀ ਜ਼ੋਰ ਲਾ ਲਾ, ਤਾਂ ਪਹਿਲੀ ਦੀ ਜਿਹੜਾ ਮੈਂ ਤੇਰੇ ਪਿਆਰ ਚ ਆ ਕੇ ਸਾਰਾ ਕੰਮ ਕਰੀ ਗਿਆ। ਸ਼ਰਮ ਨਹੀਂ ਆਉਂਦੀ ਕਿਵੇਂ ਤੇਰੇ ਸਾਹਮਣੇ ਮੈਨੂੰ ਝੋਟੇ ਵਰਗ
ਪਣੋਈਆ ਘਰੇ ਕੀ ਹੈ, ਜ਼ਮੀਨ ਆਪਣੇ ਕੋਲ ਨਹੀਂ ਹੈਗੀ ਹੈ, ਦਿਹਾੜੀ 'ਤੇ ਜਾਂਦੇ ਹਾਂ, ਚਾਰ ਪੈਸੇ ਆਉਂਦੇ ਨੇ, ਮਸਾਂ ਟਾਈਮ ਪਾਸ ਕਰਦੇ ਹਾਂ। ਉਹ ਜੇ ਤਾਂ ਵਿਆਹ ਕਰਾ ਲਿਆ ਉਹ ਕਬੀਲਦਾਰੀ ਭਾਰੀ ਹੋ ਜੂਗੀ, ਮੂੰਗੀ ਦੀ ਦਾਲ 'ਚ ਦੋਵੇਂ ਭਾਈ ਪਾਣੀ ਪਾਉਂਦੇ ਫਿਰਿਆ ਕਰਾਂਗੇ। ਤੂੰ ਜਾਣ ਦੇ, ਤੂੰ ਮੇਰਾ ਸਾਥ ਦੇ ਸਮਾਂ। ਉਹ ਘਰੇ ਤਾਂ ਆਪਣੇ ਕੁਛ ਵੀ ਨਹੀਂ ਰਿਹਾ, ਨਾ ਆਟਾ, ਸਿਲੰਡਰ ਮੁੱਕਿਆ ਪਿਆ। ਮੇਰੀ ਗੱਲ ਸੁਣ, ਆਪਾਂ ਘਰ ਵੇਚਦਾ ਨੇ, ਦੇਖ ਤੈਨੂੰ ਪਹਿਲਾਂ ਵੀ ਕਹਿ ਦਿੱਤੀ, ਪਰ ਮੈਂ ਤੈਨੂੰ ਭਾਈ ਕਹਿ ਦੱਸਤਾ ਵੀ ਵੇਚ ਬਈ, ਪਰਾਂ ਨੂੰ ਵੇਚ ਦੇ। ਹੋਰ ਕੀ ਕਹਾਂ ਮੈਂ ਤੈਨੂੰ, ਕਿੰਨਾ ਸਾਥ ਦੇਵਾਂ ਹੁਣ ਮੈਂ ਤੇਰਾ। ਉਹ ਫਿਰ ਤੂੰ ਮੇਰੇ ਨਾਲ ਆ ਜਾ, ਫਿਰ ਤੂੰ ਕਹਿ ਦੇਗਾ ਪੈਸੇ ਖਾ ਕੇ ਆਏ ਬਾ। ਤੂੰ ਮੇਰੇ ਕਿਹੜਾ ਹੁਣ ਤੂੰ ਯਕੀਨ ਕਰਦਾ, ਪਤਾ ਨਹੀਂ ਤੇਰੇ ਦਿਮਾਗ ਨੂੰ ਕੀ ਹੋ ਰਿਹਾ। ਉਹ ਆਪਾਂ ਨੂੰ 4 ਲੱਖ ਰੁਪਇਆ ਬਚ ਰਹੂਗਾ, ਉਹ ਘਰ 'ਚ ਵਗ ਜਾਣੇ ਆਪਾਂ, ਉਹ ਜਿਹੜਾ ਉਹਨਾਂ ਵਾਲਾ ਬਿੱਲੇ ਹੋਰਾਂ ਵਾਲਾ। ਫਿਰ ਵਗ ਚੱਲਦੇ ਹਾਂ, ਵੇਚੋ ਇਹਨੂੰ, ਵਗ ਚੱਲਦੇ ਹਾਂ ਫਿਰ ਆਪਾਂ ਤੇਰੇ ਨਾਲ ਆ ਮੈਂ। ਹੋਰ ਮੈਂ ਕੀ ਕਰਦਾ, ਇੰਨਾ ਕਰ ਸਕਦਾ ਮੈਂ, ਪਰ ਮੈਂ ਵਿਆਹ ਕਰਾਊਂਗਾ ਕਿਤੇ, ਕੱਲ ਨੂੰ ਕਹਿੰਦੇ ਵੀ ਤੈਂ ਵਿਆਹ ਨਹੀਂ ਕਰਨਾ ਹੈਗਾ, ਵਿਆਹ ਤਾਂ ਮੈਂ ਕਰਾ ਕੇ ਹਟੂੰਗਾ। ਉਹ ਜੇ ਬਸ ਤੂੰ ਆਪ ਦੀ ਜਿੱਦ ਨਹੀਂ ਛੱਡਦਾ ਹੈਗਾ, ਹੁਣ ਮੈਂ ਤੇਰੀਆਂ ਮੰਨਣ ਵਾਲਾ ਕਰਾਂ ਯਾਰ, ਤੂੰ ਮੇਰੀ ਨਹੀਂ ਮੰਨ ਸਕਦਾ। ਚੱਲ ਆਪਾਂ ਫਿਰ ਮੇਰੇ ਨਾਲ ਸਾਥ ਨਹੀਂ ਆਪਾਂ ਕਰ। ਹਾਂ ਮੈਂ ਤੇਰੇ ਨਾਲ ਜਮੀ ਸਾਥ ਪੂਰਾ ਹੈ। ਲੈ ਹੁਣ ਕੱਪੜੇ ਸੁੱਕਣੇ ਦਾ ਪਾਇਆ ਯਾਰ, ਤੂੰ ਪਾਇਆ ਯਾਰ, ਹੁਣ ਮੈਂ ਕੱਪੜੇ ਸੁੱਕਣੇ ਪਾ ਕੇ ਆਉਂ ਮੇਰੇ ਯਾਰ, ਫਿਰ ਉਹੀ ਗੱਲਾਂ ਕਰਨ ਲੱਗ ਰਿਹਾ ਯਾਰ। ਭਾਈ ਬਣ ਕੇ ਦੇਖੀ, ਤੂੰ ਕਿਹੜਾ ਬਹਿ ਹੋਇਆ, ਮੈਂ ਬਹਿ ਹੋਇਆ। ਦੇਖੀ ਜਦੋਂ ਮੈਂ ਕੱਪੜੇ ਨਹੀਂ ਕੋਠੇ ਤੇ ਸੁੱਕਣੇ ਪਾਉਂਦਾ, ਆਹ ਗਵਾਂਢੀਆਂ ਦੀਆਂ ਬੰਗਾਂ ਮੈਨੂੰ ਮਖੌਲ ਕਰਦੀਆਂ ਨੇ, ਕਹਿੰਦੇ ਨੇ ਘਰ ਵਾਲੀ ਤੋਂ ਡਰਦਾ ਕੱਪੜੇ ਸੁੱਕਣੇ ਪਾਉਂਦਾ ਭਾਈ ਬਣ ਕੇ ਦੇਖੀ। ਫਿਰ ਫਿਰ ਤੂੰ ਕਹਿੰਦੇ ਨਾ ਆਇਆ ਬਾ, ਤੂੰ ਮੇਰਾ ਸਾਥ ਦਾ ਦਿੰਦਾ। ਹੁਣ ਮੇਰੀ ਗੱਲ ਤਾਂ ਸੁਣ ਲੈ, ਫਿਰ ਆਪਾਂ ਦੋਵੇਂ ਚੱਲਦੇ ਹਾਂ, ਤੂੰ ਮੈਨੂੰ ਨਿਚੋੜ ਕੇ ਦੇ ਦਿਆ ਕਰੀ, ਮੈਂ ਉੱਪਰ ਪਾ ਦਿਆ ਕਰੂੰਗਾ, ਠੀਕ ਹੈ। ਮੈਂ ਪਹਿਲਾਂ ਤੂੰ ਬਾਲਟੀ ਤੂੰ ਲੈ ਜਾ, ਮੈਂ ਮਾਗਰੋਂ ਆਊਂਗਾ, ਚੰਗਾ। ਆ ਜੀ ਮਾਗਰ ਕਿਤੇ ਨਾਮ, ਮੈਂ ਤਾਂ ਉੱਥੇ ਭਗਾ ਦੂੰ ਬਾਲਟੀ, ਫਿਰ ਕਹਿੰਦੇ ਕਹਿਆ ਨਹੀਂ ਆਊਂਗਾ, ਉਹ ਮੇਰੇ ਯਾਰ ਵੀ ਲੜਾਈ ਪਾ ਕੇ ਪੈ ਜਾਣਾ। ਲੈ ਭਾਈ ਪੰਮੀ, ਹੈਂ ਹੁਣ ਤੁਸੀਂ ਅੰਦਰ ਜਾਓ ਭਾਈ, ਮੈਂ ਆਪਦਾ ਕੰਮ ਕਰਤਾ ਜਿਹੜਾ ਕਰਨਾ ਸੀ, ਅਤੇ ਹੁਣ ਮੈਂ ਜਾਣਾ ਘਰੇ, ਅਤੇ ਬਾਕੀ ਮੈਂ ਟਾਹਲੀ ਦੇਖ ਲੂੰਗਾ, ਜੇ ਤਾਂ ਕਾਣੀ ਹੋਈ ਤਾਂ ਤੈਨੂੰ ਦੱਸ ਦੂੰ, ਨਹੀਂ ਮੈਂ ਰੱਖ ਲੂੰ, ਠੀਕ ਹੈ। ਨਾ ਇਹ ਤਾਂ ਗੱਲ ਬਣੀ ਨਹੀਂ ਹੈਗੀ, ਇਹ ਤਾਂ ਮੇਰੀ ਬੇਇੱਜ਼ਤੀ ਆ, ਚਾਹ ਪਾਣੀ ਪੀ ਕੇ ਜਾ। ਨਾ ਨਾ ਭਾਈ ਪੰਮੀ, ਤੈਨੂੰ ਪਤਾ ਤਾਂ ਹੈਗਾ ਭੋਲੇ ਦੀ ਘਰ ਵਾਲੀ ਦਾ, ਹੈਂ ਉਹ ਤਾਂ ਮੈਨੂੰ ਵੱਢ ਖਾਣਿਆਂ ਵਾਂਗੂ ਪੈ ਜੂਗੀ, ਦੇਖ ਕੇ ਵੀ ਹਾਂ ਇਹਦਾ ਵਿਆਹ ਕਰਵਾਤਾ ਇਹਦਾ। ਐਂ ਕਿਵੇਂ ਯਾਰ, ਘਰ 'ਚ ਮੇਰਾ ਸੀਰ ਨਹੀਂ ਹੈਗਾ। ਨਾ ਭਾਈ ਦੇਖ, ਮੈਨੂੰ ਤਾਂ ਡਰ ਲੱਗਦਾ, ਦੇਖ ਹੈ ਪੰਮੀ, ਐਵੇਂ ਕਹਿਦਾ। ਆਏ ਨਹੀਂ ਮੈਂ, ਪਰ ਮੈਂ ਤੈਨੂੰ ਜਾਣ ਦਿੰਦਾ, ਨਾਲ ਚੱਲ, ਤੈਨੂੰ ਚਾਹ ਪਾਣੀ ਪਿਆ ਕੇ ਤੋਰੂੰਗਾ, ਚੱਲ। ਓਹੋ ਚੱਲ ਫਿਰ ਬੈਠ, ਚੱਲ ਭਾਗ ਜਾਂਦੇ ਭਾਈ, ਇੰਨਾ ਕਹਿਣਾ। ਬਹਿ ਜਾਓ ਤੁਸੀਂ ਵੀ, ਬਹਿ ਜਾਓ। ਦੇਖ ਲਾ ਓਏ ਬੇਈਮਾਨ, ਕਿਵੇਂ ਮੱਚਦੇ ਨੇ ਮੇਰੇ ਵਿਆਹ ਤੇ। ਵਿਆਹ ਇਹਨੇ ਨੀ ਕਰਾਇਆ, ਮੈਂ ਕਰਾਇਆ, ਇਹਨੂੰ ਕਿਉਂ ਗਾਲਾਂ ਕੱਢਦੀਆਂ? ਨਾਲੇ ਮੇਰਾ ਭਾਈ ਆ ਇਹ, ਇਹਨੂੰ ਕੁਛ ਕਹਿ ਨਾ ਦੀ ਤੂੰ। ਬੇਵੀ ਤਾਂ ਪੱਟੇ ਦਰਖਤ ਆਪ ਨਹੀਂ ਆਉਂਦੇ, ਤੂੰ ਕਹਿੰਦਾ ਇਹਨੂੰ ਕੁਛ ਨਾ ਕਹਿ, ਕਿਉਂ ਇਹ ਤੇਰਾ ਕੀ ਲੱਗਦਾ? ਇਹਨੂੰ ਨਾ ਬੋਲਾਂ ਤਾਂ ਮੈਂ ਹੋਰ ਕਿਹਨੂੰ ਬੋਲਾਂ? ਦੇਖ ਕਿਵੇਂ ਖੜਾ ਹੁਣ, ਜਿਵੇਂ ਮੈਂ ਤਾਂ ਕੁਛ ਕੀਤਾ ਹੀ ਨਹੀਂ। ਬਈ ਤੇਰੇ ਹੀ ਕੀਤੇ ਕਰਾਏ ਨੇ ਸਾਰੇ ਇਹ, ਕਿਉਂ ਸਾਨੂੰ ਰੋਲਣ ਲੱਗਿਆ? ਬਸ਼ਰਮੋ ਬਸ਼ਰਮੋ, ਤੂੰ ਜਾ ਇੱਥੋਂ, ਵਗ ਜਾ ਇੱਥੋਂ, ਨਹੀਂ ਤਾਂ ਮੈਂ ਵਗ ਜਾਣਾ ਪੇਕਿਆਂ ਨੂੰ। ਲੈ ਓਏ, ਘਰ ਤਾਂ ਕੀ ਮੁੱਲ ਲੈ ਲਿਆ, ਉਹ ਵਧਾਈ ਲੈਣ ਵਾਲੇ ਨੇ ਵੱਢ ਕੇ ਖਾ ਲਿਓ। ਲੈ ਪਣੂ ਜਾ, ਚੁੱਲ੍ਹੇ ਨਾਲ ਲਾਈ ਖੜਾ ਮੋਟਰਸਾਈਕਲ, ਖੜ ਜਾ ਖੜ ਫਿਰ। ਇਹ ਵਗ ਜਾ, ਤੈਨੂੰ ਕੌਣ ਰੋਕਦਾ? ਰੋਜ਼ ਕਹਿੰਦੇ ਨੇ ਮੈਂ ਜਾਊਂਗੀ, ਮੈਂ ਕਰੂੰਗੀ, ਫਲਾਣਾ ਕਰੂੰਗੀ। ਇਹ ਤੈਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਤੇ ਮੇਰੇ ਵਿਆਹ ਦੀ, ਪਾਣੀ ਬਾਰ ਕੇ ਪੀਣਾ ਦੀ ਉੱਪਰ ਦੀ। ਓ ਬਈ ਚਲੋ 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 ਬਈ, ਉਹ ਕਿੱਧਰ ਚੱਲੋ ਕਿੱਧਰ ਚੱਲੋ, ਘਰ ਚ ਸੀਰ ਹੈ ਮੇਰਾ। ਮੇਰੇ ਸਾਲਿਆ ਕਰਤਾ ਉਹੀ ਕੰਮ, ਓਏ ਹਟਿਆ ਨੀ ਹਨਾ, ਓਏ ਕੀੜੇ ਵਾਲੇ ਜੰਡ ਤੇ ਚੜ੍ਹ ਕੇ ਹਟਿਆ ਹਨਾ ਓਏ। ਅੱਛਾ ਤੇਰੇ ਵਾਰੀ ਉਦੋਂ ਤਿਤਲੀਆਂ ਦੀਆਂ, ਮੇਰੇ ਵਾਰੀ ਕੀੜੇ ਹੋ ਗਏ। ਓਏ ਜਾਣਦੇ ਓਏ ਜਾਣਦੇ, ਤੈਨੂੰ ਕਿੰਨਾ ਸਮਝਾਇਆ, ਓਏ ਤੈਂ ਮੇਰੀ ਇੱਕ ਨਹੀਂ ਮੰਨੀ, ਇੱਕ ਆਪਣੋਈਆ,
रोटी पकती हो गई अपनी होर की भालदा ती मैनू कहिंदे परोठे खवा ते मैं तो आप पका के खाया करदा सी कम करदा हुंदा आ देख मेरे साले दी पुच्छा लैण वाले वांगू मूहरे बैठी है चल जेड़ा कुछ होना थी हुण तां हो गया फिर भी भाई है चार गिलास चाह दे बना दे ना भाई होगा तेरा मेरा की लगता मेरा तां शरीक आ है मैं तो नहीं बनदी चाह नाले मैं चली पैकिया नु बग जा हुण तां आ गई चाह करन वाली बग जा फिर जांदी मैं भी यही बनाऊगी हुण चाह यही दे आ करू रोटियां नाले मैं भी इत्थे इक ते बैठ के खाऊं तोडे ए पणो अज अज दा दिन तां बना दे चार गिलास चाह दे मैं कदे बनावा ਨੌਕਰਾਂ ਤੁਹਾਡੀ ਮੈਂ ਇਹ ਉਹੀ ਵਿਚੋਲਾ ਜਿਹਨੇ ਤੇਰਾ ਰਿਸ਼ਤਾ ਕਰਾਇਆ ਸੀ ਇਸੇ ਨੂੰ ਤਾਂ ਪਿੱਟਦੀ ਆ ਇਹਦੀ ਤਾਂ ਮੈਂ ਇਹਦੇ ਨਾ ਮਾਰ ਤੂੰ ਇਹਦੇ ਨਾ ਮਾਰ ਇਹਦੇ ਕਿਉਂ ਮਾਰਦੀ ਆ ਮਾਰਾ ਹੁਣ ਇਹਦੇ ਨਾ ਮਾਰ ਹਟਾ ਲੈ ਉਹਨੇ ਹਲੇ ਹਟਾ ਲੈ ਇਹਨੂੰ ਕਿਵੇਂ ਹਟਾ ਮਾ ਮੇਰੇ ਯਾਰ ਤਾਂ ਹੀ ਦਾ ਜੁੱਦ ਕਰਾਇਆ ਇਹ ਠੀਕ ਹੈ ਤੂੰ ਹਾਏ ਓਏ ਦੇਖ ਲੋ ਲੋਕ ਕਹਿੰਦੇ ਨੇ ਵੀ ਭਾਈ ਪੁੰਨ ਲੱਗਦਾ ਜੇ ਕਿਸੇ ਦਾ ਰਿਸ਼ਤਾ ਕਰਾਓ ਇਹ ਜੁੱਤੀਆਂ ਮਾਰਦੇ ਨੇ ਚੰਗਾ ਪੰਮੀ ਫਿਰ ਮੈਂ ਤਾਂ ਜਾਨਾਂ ਤੇ ਤਾਂ ਪਿਆ ਦੀ ਚਾ ਕਿਹੜਾ ਕੀ ਕਰਾਉਣਾ ਤੂੰ ਹੈ ਲੋਕਾਂ ਦੀਆਂ ਜ਼ਮੀਨਾਂ ਤੂੰ ਖਾਣਾ ਹੈ ਰੂੜੀਆਂ ਤੂੰ ਖਾ ਜਾਂਦਾ ਅਜੇ ਤੂੰ ਕਹਿੰਦਾ ਕਿ ਮੈਂ ਰਿਸ਼ਤੇ ਕਰਾਉਣਾ ਨਾ ਤੂੰ ਵਿੱਚ ਕੀ ਕਰ ਲੈਣ ਨੂੰ ਆਉਣਾ ਹੁਣ ਇਹ ਖੜ ਜਾ ਹੁਣ ਹੁਣ ਘਰੇ ਆ ਰਿਹਾ ਕਰੇ ਤਾਂ ਦੁਸ਼ਮਣ ਨੂੰ ਨਹੀਂ ਅਗਲਾ ਉਹ ਮਾੜਾ ਕਹਿੰਦਾ ਹੁੰਦਾ ਹੁਣ ਇਹਨੂੰ ਚਾਹ ਪਾਣੀ ਦਾ ਪਲਿਆ ਕੇ ਤੋੜੇਗੀ ਇਹਨੂੰ ਮਹਾਰਾਜ ਨੂੰ ਅੰਦਰ ਬਿਠਾ ਲਓ ਪੂਜੋ ਇਹਨੂੰ ਆਰਤੀ ਉਤਾਰੋ ਇਹਦੀ ਥਾਲੀ ਲੈ ਕੇ ਓਏ ਮੇਰਾ ਉਤਰਿਆ ਮੇਰਾ ਤੂੰ ਤਾਂ ਆਪ ਕਰਦਣ ਜੀ ਭਮਾਈ ਜਾਂਦਾ ਜਿਵੇਂ ਮਾਰ ਖੰਡਾਇਆ ਖਾਗੜ ਹੁੰਦਾ ਤੂੰ ਉਤਰ ਜਾ ਓਹੋ ਖਾਗੜ ਹੁੰਦਾ ਨਾਲੇ ਨਾ ਚੱਲ ਬਹਿ ਜਾ ਬੱਲੇ ਤੇ ਇਸੇ ਇੰਚੀ ਟੇਪ ਨਾਲ ਮਾਰ ਓਏ ਹਟਾ ਲੈ ਹਲੇ ਵੀ ਮੇਰਾ ਬੀਪੀ ਵਧਦਾ ਜਾਂਦਾ ਤੈਨੂੰ ਪਤਾ ਨਾਲੇ ਹਟਾ ਲੈ ਇਹ ਜੇ ਉਹੀ ਮਾਰ ਖੱਪ ਗਿਆ ਹਰਖਦਾ ਮਾਰਿਆ ਗਲ ਪੈ ਜੂਆ ਇਹ ਪੈ ਜਾਣ ਦੇ ਥੋੜੇ ਪਾਉ ਮੇਰੇ ਕੋਈ ਨਹੀਂ ਪੈਂਦਾ ਇਹ ਜਿਵੇਂ ਕਹਿੰਦੇ ਹੁੰਦੇ ਨੇ ਹਾਥੀ ਜਾਉਂਦਾ ਲੱਖ ਦਾ ਮਰਿਆ ਹੋਇਆ ਕੀ ਕਹਿੰਦੇ ਉਹਨੇ ਕੀ ਮਾਮੋ ਮੈਨੂੰ ਜਵਾਬ ਜਾਂ ਨਹੀਂ ਲੱਖ ਦਾ ਹਾਂ ਆਏ ਹੋ ਜੂ ਆਹ ਮੇਰੀ ਗੱਲ ਸੁਣੋ ਜੀ ਹਾਂਜੀ ਦੱਸੋ ਆ ਭਾਬੀ ਦਸਵਾ ਕਿੱਦਾਂ ਦਾ ਇਹਨੂੰ ਕਿਸੇ ਦੀ ਇੱਜ਼ਤ ਹੀ ਨਹੀਂ ਹੈਗੀ ਐ ਨਹੀਂ ਦੇਖਿਆ ਵੀ ਨਵੀਂ ਨਮੇਲੀ ਮੇਰੀ ਦਰਾਣੀ ਆਈ ਹੈਗੀ ਮੈਂ ਬੋਲਦੀ ਕਿੱਦਾਂ ਗੀ ਓਏ ਅਨਪੜ੍ਹ ਨੇ ਇਹਨਾਂ ਨੂੰ ਅਕਲ ਕਿੱਥੇ ਹੁੰਦੀ ਤੈਨੂੰ ਪਤਾ ਹੈਗਾ ਅਨਪੜ੍ਹਾਂ ਨੂੰ ਮੈਂ ਕਿੰਨਾ ਪੜ੍ਹਿਆ ਲਿਖਿਆ ਮੁੰਡਾ ਦੇਖਾ ਸਾਰੀ ਕਬੀਲਦਾਰੀ ਕਰਦੀ ਮੇਰੇ ਅੰਡਰ ਆਉਂਦੀ ਹੈਗੀ ਸਾਰੀ ਇੱਕ ਗੱਲ ਮੇਰੀ ਹੋਰ ਸੁਣ ਆਪਾਂ ਕਿਹੜਾ ਉਰੇ ਰਹਿਣਾ ਗਾ ਮੈਂ PRTC ਦੇ ਫਾਰਮ ਭਰੇ ਹੋਏ ਨੇ ਜੇ ਮੇਰੀ ਨੌਕਰੀ ਲੱਗ ਗਈ ਨਾ ਆਪਾਂ ਤਾਂ ਉੱਥੇ ਫਲੈਟ 'ਚ ਰਹਾਂਗੇ ਚੰਡੀਗੜ੍ਹ ਤੂੰ ਜਮੀ ਨਾ ਕਰਨਾ ਹੀ ਨਾਲੇ ਇਹਨਾਂ ਨੂੰ ਦੱਬ ਕੇ ਰੱਖੀ ਜਾਂਗਾ ਕਿਤੇ ਅੰਡਰ ਜੇ ਤੂੰ ਨਾ ਜੀ ਮੈਂ ਨਹੀਂ ਡਰਦੀ ਅਜਿਹੇ ਜਿਹੇ ਇਹਨਾਂ ਦੇ ਹਾਲਾਤ ਨੇ ਮੈਂ ਤਾਂ ਦੱਬ ਕੇ ਰੱਖੂ ਇਹਨਾਂ ਨੂੰ ਨਾਲੇ ਜੀ ਕਿਸ ਚੀਜ਼ ਦੀ ਲੋੜ ਹੁੰਦੀ ਹੈ ਮੈਨੂੰ ਦੱਸ ਦਿਆ ਕਰੀ ਜਾਂਗਾ ਕਿਤੇ ਘਬਰਾ ਦੇ ਨਾ ਜੀ ਕੋਈ ਨਾ ਦੱਸ ਦੂੰ ਆ ਮੈਨੂੰ ਐਂ ਲੱਗਦਾ ਵੀਰਾ ਤਾਂ ਆਪਣਾ ਬੋਲਣ ਜੋਗਾ ਹੈ ਹੀ ਨਹੀਂ ਭਾਬੀ ਵੀ ਬਾਹਲਾ ਬੋਲਦੀ ਆ ਥੱਲੇ ਲਾ ਰੱਖਿਆ ਤਾਂ ਜਮੀਂ ਡਰਦਾ ਹੈ ਪਤਾ ਨਹੀਂ ਕਿਉਂ ਡਰਦਾ ਹੈਗਾ ਉਦੋਂ ਆਹੋ ਚਮਲਾ ਰੱਖਿਆ ਤੁਹਾਨੇ ਹੁਣ ਦੇਖਿਓ ਤੁਸੀਂ ਅੱਗੇ ਅੱਗੇ ਹੁੰਦਾ ਕੀ ਹੈ ਰੜਕਾਂ ਕੱਢ ਦੀ ਬਸ ਉਹਦੀ ਚੰਗਾ ਹਾਏ ਕਿਵੇਂ ਘੱਟਾ ਉੱਡੀ ਜਾਂਦਾ ਸੱਚੀ ਸਾਰੀ ਮਿੱਟੀ ਉੱਤੇ ਪਈ ਜਾਂਦੀ ਆ ਉੱਡ ਉੱਡ ਕੇ ਹਾਏ ਮੇਰੇ ਤਾਂ ਨਹੀਂ ਸੁੰਭਰਿਆ ਜਾਂਦਾ ਇੰਨਾ ਵੱਡਾ ਵਿਹੜਾ ਸੱਚੀ ਹਾਏ ਹਾਏ झाड़ू लाने की लोड़ पैंदी सी ना बड़ा पोचा आ इन्ना बिग्गा कच्चे बेड़े का मिट्टी उड़ उत्ते पई जांदी आ ओ बिग्गो कच्चे बेड़े दा तां ही तां कहंदे ने जनानियां दी गुत्त पिछे मत हुंदी आ कल नूं जवाक जल्ला होऊगा डाक्टर की कहंदे ने मैनूं मिट्टी च छड्डो ओह तां मेरे साले दा सारा पक्का थी कित्थे छड्डदे आपां जवाक नूं जदों जवाक होऊ उदों देख लैंदे आ हुण गाह जवाक बैठा सीगा हुण तूं इत्थे लट लिया करेंगा मिट्टी च आ देख बेभाग बेभाग ओह घर तां छोटा जिहा थी ओह घर किड्डा वड्डा है कितें तां खुच होणा थी तूं कर्मां नूं रोण लग रही आ ते मैथों नहीं संभरिया जांदा एड्डा बेड़ा ਉਹਨੂੰ ਕਹਿ ਲੋ ਨਵੀਂ ਨਵੇਲਣ ਨੂੰ ਉਹ ਸੰਭਰਾਇਆ ਕਰੇ ਅੱਧਾ ਬੇੜਾ ਮੈਥੋਂ ਨਹੀਂ ਸੰਭਰ ਹੁੰਦਾ ਹਾਂ ਕਿ ਉਹਨੂੰ ਮੈਂ ਲੈ ਕੇ ਆਇਆ ਫਿਰ ਹਾਂਬੀ ਕਿਨੇ ਭਰੀ ਸੀ ਹਾਂਬੀ ਕੀ ਭਰੀ ਸੀ ਮੈਂ ਕੀ ਹਾਂਬੀ ਭਰੀ ਸੀ ਤੂੰ ਹੀ ਕਿਹਾ ਸੀ ਹਾਂ ਕੋਈ ਗੱਲ ਨਹੀਂ ਹੁਣ ਜੋ ਹੋ ਗਿਆ ਚਾਹ ਕਰਕੇ ਪਿਆ ਹੁਣ ਸਾਨੂੰ ਚਾਹ ਕਰਕੇ ਫੜਾ ਜੇ ਤਾਂ ਚਾਹ ਪਲਿਆਤੀ ਫਿਰ ਇਹਦਾ ਮਤਲਬ ਮੈਂ ਲੈ ਕੇ ਆਇਆ ਸੀ ਉਹਨੂੰ ਜਾਂ ਉਹਨੂੰ ਕਹਿ
ਅਖੇ ਆਪਦੇ ਨੂੰ ਕਹੇ ਕੰਮ ਕਰਿਆ ਕਰੂਗੀ। ਉਹਨੂੰ ਮੈਂ ਕੀ ਕਹਾਂ, ਮੈਂ ਇਹਨੂੰ ਸ਼ੇਰਾਂ ਨਾਲ ਬਹਿ ਕੇ ਲਿਆ, ਉਹਦੀ ਕਮਾਲ ਹੋ ਰਹੀ ਹੈ ਤੇਰੇ ਪਾਸ। ਹਾਂ ਵੀ ਤਾਂ ਤੈਂ ਹੀ ਭਰੀ ਸੀ ਔਰ ਮੈਂ ਭਰੀ ਸੀ। ਮੈਂ ਕਾਹਦੀ ਹਾਂ ਵੀ ਭਰੀ ਸੀ? ਉਹ ਤਾਂ ਕਹਿੰਦਾ ਅਖੇ ਚਾਹ ਕਰਕੇ ਪਿਆ ਦੇ ਹੁਣ ਸਾਨੂੰ, ਜੋ ਹੋ ਗਿਆ ਹੋ ਗਿਆ। ਲੈ ਇਹ ਚਾਹ ਤਾਂ ਅਗਲਾ ਤੀਏ ਤਹਾਕ ਨੂੰ ਪਲਿਆ ਦਿੰਦਾ, ਫੇਰ ਕਿੱਡੀ ਕੁ ਗੱਲ ਆ ਉਹਦਾ ਸਕਾ ਭਾਈ ਤੀ। ਤੈਂ ਤਾਂ ਮੈਨੂੰ ਨੌਕਰ ਬਣਾ ਕੇ ਰੱਖਤਾ ਚੰਗਾ ਉਹਨਾਂ ਦੇ ਮੂਹਰੇ ਵੀ ਹਾਂ ਲੱਗੀ ਦਾ ਗੋਲੀ। ਨੌਕਰ ਬਣ ਰਹੀ ਹੈ ਤੂੰ, ਅੱਧਾ ਕੰਮ ਤਾਂ ਮੈਂ ਕਰਦਾ। ਇਹ ਨਾਲੇ ਜਾਣ ਦੇ ਕਿਸੇ ਟਾਈਮ ਕਲੇਸ ਨੂੰ ਜਾਣ ਦੇ ਦਿਆ ਕਰ, ਕਿਸੇ ਟਾਈਮ ਜਾਣ ਦੇ ਦਿਆ ਕਰ। ਸਿਆਣੇ ਕੀ ਕਹਿੰਦੇ ਹੁੰਦੇ ਨੇ, ਹੱਸਦਿਆਂ ਦੇ ਘਰ ਵੱਸਦੇ। ਰੋਂਦਿਆਂ ਦੇ ਖਾਨੇ ਖਰਾਬ ਆ। ਉਹ ਖਾਨਾ ਤਾਂ ਸਾਡਾ ਪਹਿਲੀ ਖਰਾਬ ਸੀ, ਕੁਛ ਤਾਂ ਐ ਕਰਤਾ ਹੁਣ। ਅੱਛਾ ਹੁਣ ਮੈਂ ਮਾੜੀ ਹੋ ਗਈ ਹੈ ਨਾ? ਹੋਰ ਫਿਰ ਉਹ ਚੰਗੀ ਲੱਗਦੀ ਹੋਣੀ ਹੁਣ ਜ਼ਿਆਦਾ? ਚੰਗੀ ਲੱਗਦੀ ਹੋਣੀ ਐ ਜਦੋਂ ਤੂੰ ਖਾ ਲਿਆ ਕਰ ਮੰਨੀ ਐ ਫਿਰ ਪਕਾ ਦੇ। ਸਾਰੇ ਕਲੇਸ ਰੱਖਦੀ ਐ, ਸਾਰੇ ਕਲੇਸ ਰੱਖਦੀ ਐ। ਮੈਂ ਕਲੇਸ ਨਾ, ਮੈਂ ਕਲੇਸ ਨਾ, ਮੈਂ ਕਲੇਸ ਪਾਉਣੀ ਆ। ਆਹੋ ਹੁਣ ਐ ਕਹਿੰਨੀ ਐ ਵੀ ਤੂੰ ਬੇੜਾ ਸੁੰਦਰ ਦੇ ਨਾ ਕਾਨੂੰ। ਫਿਰ ਉਹਨੂੰ ਕਹਦੇ ਆ ਕਿ ਸੁੰਦਰ ਫਿਰ ਹੋਰ ਹੀ ਇਸ ਕਰੂਗੀ ਤੇਰੀ, ਫਿਰ ਉਹ ਕਰੂਗੀ ਰੀਸ ਤੇਰੀ। ਕਰ ਰੀਸ ਅਖੇ ਮੈਂ ਸਿੰਭਰਾਉਣਾ ਐਡਾ ਵੱਡਾ ਵੇੜਾ? ਕਰਮਾ ਨੂੰ ਰੋਣ ਲੱਗ ਰਹੀ ਐ, ਕਹਿੰਦੀ ਐਡਾ ਵੱਡਾ ਵੇੜਾ, ਲੋਕਾਂ ਦੇ ਵੇੜੇ ਨਹੀਂ ਹੈਗੇ, ਤੇਰਾ ਐਡਾ ਵੱਡਾ ਵੇੜਾ, ਐਡਾ ਵੱਡਾ ਘਰ ਆ, ਕਿਤੇ ਖੁਸ਼ ਹੋਣਾ ਚਾਹੀਦਾ ਤੀ। ਜਾ ਤੁਰ ਜਾ, ਮੈਂ ਤੋ ਪਤਾ ਨਾ ਐਂ ਰੋਏਂਗੀ। ਖਾਣ ਲਈ ਹੁਣ ਝਾੜੂ ਤੂੰ ਵੀ ਰੀਸ ਕਰੂਗੀ ਨਾਲੇ ਨਾ ਕਰੂਗੀ, ਤੇ ਗੋਲੀ ਬਣਾ ਰੱਖਿਆ ਸਾਰੇ ਟੱਬਰ ਦੀ ਮੈਨੂੰ। ਹਾਏ ਨੀ ਮਾਂ।